ਸਤਿ ਸ਼੍ਰੀ ਅਕਾਲ, ਮੈਂ ਡਾਕਟਰ ਮਨਮੀਤ ਕੌਰ, SPS ਹੋਸਪਿਟਲ ਦੇ ਵਿੱਚ ਫਿਜ਼ੀਓਥੈਰੇਪਿਸਟ ਮੈਨੇਜਰ। ਅੱਜ ਮੈਂ ਤੁਹਾਡੇ ਸਾਰਿਆਂ ਨਾਲ ਆਪਣੇ ਇੱਕ ਖਾਸ ਪੇਸ਼ੈਂਟ ਦਾ ਟੈਸਟੀਮੋਨੀਅਲ ਜਿਹੜਾ ਆਇਆ ਸੀਗਾ ਉਹਨਾਂ ਦਾ ਇੱਕ ਕੇਸ ਡਿਸਕਸ ਕਰਨਾ ਚਾਹੁੰਦੀ ਹਾਂ। ਬਹੁਤ ਹੀ ਫੇਮਸ ਨੇ ਸਾਡੇ ਪੇਸ਼ੈਂਟ, ਇਹ ਇੰਟਰਨੈਸ਼ਨਲ ਹੋਕੀ ਪਲੇਅਰ ਦੇ ਟੀਮ ਮੈਂਬਰ ਨੇ ਜਿਨ੍ਹਾਂ ਦਾ ਨਾਮ ਹੈ ਸ਼ਮਸ਼ੇਰ ਸਿੰਘ ਜੀ। ਇਹ ਐਕਚੁਅਲੀ ਓਲੰਪੀਅਨ ਵੀ ਖੇਡੇ ਨੇ, ਇੰਟਰਨੈਸ਼ਨਲ ਵੀ ਖੇਡੇ ਨੇ ਡਿਊਰਿੰਗ 2023 ਇਹਨਾਂ ਦੇ ਏਸ਼ੀਅਨ ਵਰਲਡ ਕੱਪ ਦੇ ਵਿੱਚ। ਕੀ ਹੋਇਆ ਸੀਗਾ ਕਿ ਹੈਮਸਟ੍ਰਿੰਗ ਦੇ ਵਿੱਚ ਕਾਫੀ ਇੰਜਰੀ ਆ ਗਈ ਸੀਗੀ, ਸੋ ਇਹਨਾਂ ਨੂੰ ਮੇ ਬੀ ਸੀਗਾ ਕਿ ਇਹ ਨਹੀਂ ਖੇਡ ਪਾਉਣਗੇ, ਬਟ ਇਹ ਕਾਫੀ ਡੈਡੀਕੇਟਿਡ ਸੀ ਐਂਡ ਖੇਡਣਾ ਚਾਹੁੰਦੇ ਸੀਗੇ। ਇਹ ਮੈਨੂੰ ਮਿਲੇ ਇੱਥੇ ਫਿਜ਼ੀਓਥੈਰੇਪੀ ਕਰਾਉਣ ਆਏ। ਆਲਮੋਸਟ ਮੈਂ ਇਹਨਾਂ ਦੀ 3 weeks ਫਿਜ਼ੀਓ ਕੀਤੀ ਆ ਐਂਡ ਕਾਫੀ ਵੰਡਰਫੁਲ ਰਿਜ਼ਲਟ ਸੀਗੇ, ਬਿਲਕੁਲ ਰਿਕਵਰ ਕਰ ਗਏ ਐਂਡ ਉਹ ਖੇਲੇ ਵੀ, ਐਂਡ ਈਵਨ ਦੋ ਕਿ ਉਹਨਾਂ ਦਾ ਗੋਲਡ ਮੈਡਲ ਆਇਆ ਉਸ ਟਾਈਮ 'ਤੇ। ਸੋ ਉਹਨਾਂ ਨੇ ਇਸ ਦੇ ਬਾਅਦ ਵਿੱਚ, ਮੈਚ ਦੇ ਬਾਅਦ ਇੱਕ ਮੈਨੂੰ ਆਪਣਾ ਟੈਸਟੀਮੋਨੀਅਲ ਸ਼ੇਅਰ ਕੀਤਾ ਸੀ, ਸੋ ਮੈਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨਾ ਚਾਹਾਂਗੀ। ਸਤਿ ਸ਼੍ਰੀ ਅਕਾਲ ਜੀ, ਮੈਂ ਓਲੰਪੀਅਨ ਸ਼ਮਸ਼ੇਰ ਸਿੰਘ, ਇੰਡੀਅਨ ਹਾਕੀ ਪਲੇਅਰ। ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਸਪੋਰਟਸ ਦੇ ਵਿੱਚ ਨਾ ਚਾਹੁੰਦੇ ਹੋਏ ਵੀ ਕਾਫੀ ਇੰਜਰੀਜ਼ ਆ ਜਾਂਦੀਆਂ ਨੇ, ਇਸੇ ਤਰ੍ਹਾਂ ਮੇਰੇ ਵੀ ਹੈਮਸਟ੍ਰਿੰਗ ਦੀ ਇੰਜਰੀ ਹੋਈ ਸੀ, ਜਿਸ ਤੋਂ ਬਾਅਦ ਮੈਂ ਆਪਣਾ ਸਾਰਾ ਰੀਹੈਬ ਅਤੇ ਫਿਜ਼ੀਓਥੈਰੇਪੀ ਸੈਸ਼ਨਸ ਡਾਕਟਰ ਮਨਮੀਤ ਜੀ ਕੋਲੋਂ ਲਏ, ਜਿਨ੍ਹਾਂ ਨੇ ਮੈਨੂੰ ਬਹੁਤ ਹੀ ਵਧੀਆ ਗਾਈਡ ਕੀਤਾ, ਜਿਸ ਨਾਲ ਮੈਂ ਬਹੁਤ ਹੀ ਫਾਸਟ ਰਿਕਵਰ ਕਰ ਪਾਇਆ ਅਤੇ ਮੁੜ ਆਪਣੀ ਟ੍ਰੇਨਿੰਗ ਸ਼ੁਰੂ ਕੀਤੀ।